ਪਰਸੋਂ ਚੌਥੇ ਮੋਹਾਲੀ ਦੇ ਵਿੱਚ ਇਹਨਾਂ ਨੇ ਟੀਟੀ ਵਾਲਿਆਂ ਨੇ ਧਰਨਾ ਲਾਇਆ। ਪੁਲਿਸ ਦੇ ਮੁਲਾਜ਼ਮਾਂ ਨੇ ਕਿਵੇਂ ਕੁੜੀਆਂ ਨੂੰ ਘੜੀਸ ਘੜੀਸ ਕੇ ਬੇਦਰਦੀ ਨਾਲ ਕੁੱਟਿਆ, ਇੰਨਾ ਦਿਲ ਰੋਇਆ ਨਾ ਜੀ ਉਸ ਗੱਲ 'ਤੇ, ਇੰਨਾ ਕੁ ਦਿਲ ਰੋਇਆ ਵੀ ਮੈਂ ਤਾਂ ਇੰਨੀਆਂ ਕੁ, ਫਿਰ ਕਹਿੰਦੇ ਜਸਲੀਨ ਬਦਦੁਆਵਾਂ ਦਿੰਦੀ ਆ, ਇੰਨਾ ਕੁ ਮਨ ਰੋਇਆ, ਇੰਨੀਆਂ ਕੁ ਗਾਲਾਂ ਕੱਢੀਆਂ ਨਾ, ਮੈਨੂੰ ਬੇੜਾ ਗਰਕ ਹੋ ਜਾਏ ਇਹਨਾਂ ਦਾ ਕਲੰਕੀਆਂ ਦਾ। ਪੰਜਾਬ ਵਰਲਡ ਲੈਵਲ ਤੇ ਰੋਟੀ ਖਵਾਉਂਦਾ ਲੋਕਾਂ ਨੂੰ, ਸੋਨੇ ਦੀ ਚਿੜੀ ਕਹਿਣ ਵਾਲੇ ਪੰਜਾਬ ਨੂੰ, ਅੱਜ ਪਿੱਤਲ ਦੀ ਆਪਣੇ ਲੋਹੇ ਦੀ ਵੀ ਨਹੀਂ ਰਹੀ ਹੈਗੀ, ਪੰਜਾਬ ਨੂੰ ਖਤਮ ਕਰਤਾ, ਪੰਜਾਬ ਦੀ ਜਵਾਨੀ ਨੂੰ ਖਤਮ ਕਰਤਾ। ਅੱਜ ਦੇ ਟਾਈਮ 'ਚ ਜਿਹੜੀ ਮੇਰੀ ਭੈਣ, ਜਿਹੜਾ ਮੇਰਾ ਵੀਰ 8 ਬੈਂਡ 9 ਬੈਂਡ ਲੈ ਸਕਦਾ ਨਾ, ਉਹ DC ਵੀ ਬਣ ਸਕਦਾ, ਉਹ SSP ਵੀ ਬਣ ਸਕਦਾ, DC ਵੀ DIG ਬਣ ਸਕਦਾ, ਜਾਂ ਹੋਰ ਕੋਈ ਵੱਡਾ ਅਫਸਰ ਵੀ ਲੱਗ ਸਕਦਾ। ਕਿਉਂ ਉਹਨੂੰ ਲੱਗਣ ਨਹੀਂ ਦਿੱਤਾ ਜਾਂਦਾ? ਇਹਦੀ ਗੋਲਡਨ ਹਾਰਟ ਵਾਲੇ ਦਾ ਮੈਂ ਮੰਨ ਗਈ ਵੀ ਉਸ ਵੀਰ ਨਾਲ ਤਾਂ ਮੈਂ ਵੀ ਹਿਮਾਇਤ ਕਰ ਰਹੀ ਹਾਂ, ਮੈਨੂੰ ਉਸ ਵੀਰ ਨਾਲ ਕੋਈ ਗੁੱਸਾ ਨਹੀਂ, ਪਰ ਮੈਨੂੰ ਇਸ ਗੱਲ ਦਾ ਗੁੱਸਾ ਹੈ ਵੀ ਅੱਜ ਇਹਨਾਂ ਨੂੰ ਗੋਲਡਨ ਹਾਰਟ ਤਾਂ ਦਿਖ ਗਈ, ਪਰ ਇਹਨਾਂ ਨੂੰ ਉਦੋਂ ਕਿਉਂ ਨਾ ਦਿਖਿਆ ਵੀ ਅਲੀ ਢਾਬੇ 'ਤੇ ਜਦੋਂ ਕਬਜ਼ਾ ਕਰਿਆ ਸੀ ਇਹਨਾਂ ਨੇ, ਉਹਦੇ ਉੱਤੇ ਫਲਾਈਓਵਰ ਬਣਵਾਇਆ ਸੀ ਜਲੰਧਰ ਦੇ ਵਿੱਚ, ਉਦੋਂ ਕਿਉਂ ਨਾ ਕਿਸੇ ਨੇ ਕਿਹਾ? ਉਦੋਂ ਕੋਈ ਪ੍ਰੈਸ ਵਾਲਾ ਵੀ ਨਹੀਂ ਅੱਗੇ ਆਇਆ ਹੈਗਾ, ਜਦੋਂ ਜੀ ਕਰਦਾ ਉਹੀ ਕੋਈ ਕੰਪਨੀ 'ਚ ਆਪਣੇ ਹਿੱਸੇ ਪਾ ਲੈਂਦੇ ਨੇ, ਜਿਹਦੇ 'ਚ ਦੇਖ ਉਹਦੇ 'ਚ ਆਪਣਾ ਹਿੱਸਾ ਪਾ ਲੈਂਦੇ ਨੇ। ਕੋਈ ਬੰਦਾ ਆਪਣੀ ਪ੍ਰੋਪਰਟੀ ਕਰਦਾ ਉਹਦੇ 'ਚ ਕਹਿੰਦੇ ਨੇ ਸਾਡਾ 20% ਰੱਖ ਦਿਓ ਜੀ, ਸਾਡਾ 50% ਰੱਖ ਦਿਓ ਜੀ, 100 ਰੁਪਏ ਪੈਟਰੋਲ ਹੋ ਗਿਆ ਹੈ ਨਾ, ਦਾਲਾਂ ਦੇ ਰੇਟ ਕਿੰਨੇ ਹੀ ਮਹਿੰਗੇ ਨੇ, ਕੋਈ ਗਰੀਬ ਬੰਦਾ ਰੋਟੀ ਨਹੀਂ ਖਾ ਸਕਦਾ ਅੱਜ ਦੇ ਟਾਈਮ 'ਚ। ਕਾਂਗਰਸ ਪਾਰਟੀ ਨੇ 2017 ਵਿੱਚ ਐਲਾਨ ਕੀਤਾ ਸੀ ਕਿ ਵਾਈਟ ਪੇਪਰ ਲੈ ਕੇ ਆਵਾਂਗੇ, ਬਿਜਲੀ ਆ ਸਸਤੀ ਪ੍ਰਦਾਨ ਕਰਾਂਗੇ, ਕੇਜਰੀਵਾਲ ਨੇ ਤਾਂ ਹੈਰਾਨੀਜਨਕ ਕਰਤਾ ਕਿ 300 ਯੂਨਿਟ ਮਾਫ ਹੈਗਾ, ਸਵਾਹ ਨਹੀਂ ਉੱਡੀ ਪੰਜਾਬ ਸਰਕਾਰ ਤੋਂ। ਅੱਜ ਦੀ ਖਬਰ ਹੈ, ਅੱਜ ਦੀ ਨਿਊਜ਼ ਦੱਸਾਂ ਜੇ, ਦੇਖੋ ਪਟਿਆਲੇ ਦੇ ਵਿੱਚ ਅਧਿਆਪਕ ਯੂਨੀਅਨ ਨੂੰ ਧਰਨਾ ਲੱਗਿਆ, ਕੱਲ PRTC ਵਾਲੇ ਵੱਲੋਂ ਲੱਗਿਆ, ਉਲਟਾ ਇਹਨਾਂ ਦਾ ਕੀ ਲੱਗਦਾ, ਫੋਨ 'ਤੇ ਸਿਰਫ ਇਹੀ ਕਹਿਣਾ ਹੁੰਦਾ ਜੀ ਡੰਡਾ ਫੇਰ ਦਿਓ ਇਹਨਾਂ 'ਤੇ। ਕਿਉਂ ਕੈਪਟਨ ਦੀ ਕਿਹੜਾ ਕੋਈ ਉੱਥੇ ਧੀ ਬੈਠੀ ਹੈ ਧਰਨੇ 'ਤੇ, ਜਾਂ ਉਹਦੀ ਮਾਂ ਬੈਠੀ ਹੈ, ਜਾਂ ਉਹਦੀ ਭੈਣ ਬੈਠੀ ਆ, ਬੈਠੇ ਕੌਣ ਨੇ ਸਾਡੇ ਵਰਗੇ ਆਮ ਪਬਲਿਕ ਦੇ ਲੋਕ, ਆਮ ਲੋਕ ਲੋਕਾਂ ਦੀਆਂ ਪਬਲਿਕ ਦੀਆਂ ਮਾਵਾਂ ਭੈਣਾਂ ਧੀਆਂ ਬੈਠੀਆਂ ਨੇ, ਕੈਪਟਨ ਦਾ ਤਾਂ ਨਹੀਂ ਕੋਈ ਬੈਠਾ ਹੈਗਾ, ਨਾ ਕੈਪਟਨ ਦੀ ਕੁੜੀ ਬੈਠੀ ਆ, ਨਾ ਭਤੀਜੀ ਬੈਠੀ, ਨਾ ਭਾਣਜੀ ਬੈਠੀ ਆ, ਕਿਉਂਕਿ ਇੱਕ ਸਰਦਾਰ ਬੰਦਾ ਨਵਜੋਤ ਸਿੰਘ ਸਿੱਧੂ, ਪਰ ਮੈਂ ਨਾ ਉਹਦੀ ਸਥਿਤੀ ਨੂੰ ਵਧੀਆ ਨਹੀਂ ਸਮਝਦੀ, ਕਦੇ ਤਾਂ ਉਹ ਭਾਜਪਾ 'ਚ ਬੰਦਾ ਚਲੇ ਜਾਂਦਾ ਏ, ਕਦੇ ਉਹ ਬੰਦਾ ਕਾਂਗਰਸ 'ਚ ਆ ਜਾਂਦਾ ਏ, ਫਿਰ ਹੁਣ ਉਹ ਕਾਂਗਰਸ 'ਚੋਂ ਕਹਿੰਦੇ ਆਮ ਆਦਮੀ ਪਾਰਟੀ 'ਚ ਜੁੜ ਰਿਹਾ, ਉਹ ਉਹਨਾਂ ਦੀ ਕਾਂਗਰਸ ਵਾਲਿਆਂ ਨਾਲ ਵੀ ਨਹੀਂ ਬਣਦੀ ਹੈਗੀ, ਪਤਾ ਨਹੀਂ ਰੱਬ ਜਾਣੇ ਉਹ ਸੱਚਾ ਏ, ਰੱਬ ਜਾਣੇ ਝੂਠਾ, ਪਰਮਾਤਮਾ ਹੀ ਜਾਣਦਾ। ਪਹਿਲੀ ਲਹਿਰ ਆਈ ਬਜ਼ੁਰਗਾਂ 'ਤੇ, ਫਿਰ ਦੂਜੀ ਲਹਿਰ ਆਉਂਦੀ ਆ ਨੌਜਵਾਨਾਂ 'ਤੇ, ਤੀਜੀ ਬੱਚਿਆਂ 'ਤੇ, ਵੀ ਇੱਕ ਲਹਿਰ ਨੂੰ ਕਿਵੇਂ ਪਤਾ ਹੋ ਸਕਦਾ ਵੀ ਪਹਿਲੀ ਲਹਿਰ 'ਚ ਮੈਂ ਬਜ਼ੁਰਗਾਂ ਨੂੰ ਦੱਪਣਾ ਜਾ ਕੇ, ਦੂਜੀ 'ਚ ਮੈਂ ਨੌਜਵਾਨਾਂ ਨੂੰ ਫੜਨਾ, ਤੀਜੀ 'ਚ ਮੈਂ ਬੱਚਿਆਂ ਕੋਲ ਜਾਣਾ, ਕਿਵੇਂ ਪਤਾ ਹੋ ਸਕਦਾ ਕੋਵਿਡ ਨੂੰ? ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ, ਇਹ ਤਾਂ ਸਰਾਸਰ ਤੁਹਾਨੂੰ ਬੇਵਕੂ ਬਣਾਇਆ ਜਾ ਰਿਹਾ ਕੋਵਿਡ ਦੇ ਨਾਂ 'ਤੇ, ਕੋਈ ਵੈਕਸੀਨੇਸ਼ਨ ਨਹੀਂ, ਕੋਈ ਕੋਵਿਡ ਨਹੀਂ ਹੈਗਾ, ਜੇ ਕਿਸੇ ਨੂੰ ਖੰਘ ਜ਼ੁਕਾਮ ਬੁਖਾਰ ਆ ਤਾਂ ਉਹਦਾ ਸਹੀ ਸਰ ਇਲਾਜ ਕਰਾਓ, ਟ੍ਰੀਟਮੈਂਟ ਕਰਾਓ, ਬਸ ਇਹ ਬੈਸਟ ਤਰੀਕਾ ਹੈ। ਕਹਿੰਦੇ ਇੱਕ ਸਿਆਣਿਆਂ ਦੀ ਕਹਾਵਤ ਆ ਵੀ ਕਿਤੇ ਪੈਰ ਧਰਨ ਦੀ ਜਗ੍ਹਾ ਬਣ ਜੇ, ਉਹ ਤੋਂ ਬਾਅਦ ਅਗਲਾ ਬੈਠਣ ਦੀ, ਖੜਨ ਦੀ ਅਤੇ ਪੈਣ ਦੀ ਜਗ੍ਹਾ ਤਾਂ ਆਪਣੇ ਆਪ ਬਣਾ ਲੈਂਦਾ ਹੁੰਦਾ। ਕਈ ਮੈਨੂੰ ਫੋਨ ਕਰਕੇ ਸਪੈਸ਼ਲੀ ਕਹਿੰਦੇ ਨੇ ਕਿ ਜਸਲੀਨ ਦੀ ਤੁਹਾਡੇ ਕੋਲ ਕੋਈ ਰਣਨੀਤੀ ਨਹੀਂ ਹੈਗੀ ਵਧੀਆ, ਮੈਂ ਕਿਹਾ ਜੀ ਕੋਈ ਨਾ ਤੁਸੀਂ ਮੈਨੂੰ MLA ਤਾਂ ਬਣਾਓ ਕੇ ਨਾ, ਮੈਂ ਤਾਂ ਜਿੰਨੇ ਮੇਰੇ ਪਿੰਡ ਲੱਗਣਗੇ ਨਾ ਉਹਨਾਂ ਪਿੰਡਾਂ ਦਾ ਸਰਵੇ ਕਰਾ ਲੂੰਗੀ, ਮੈਂ ਤਾਂ ਸਰਪੰਚ ਕੋਲ ਡਾਇਰੈਕਟ ਉਹਦੇ ਕਾਲਜਾ ਬਹਿ ਜਾ ਕਰੂੰਗੀ ਸਵੇਰੇ 6 ਵਜੇ ਜਾ ਕੇ, ਵੀ ਤੈਨੂੰ ਕੱਲ੍ਹ ਸਾਰਾ ਦਿਨ ਦਿੱਤਾ ਤੂੰ ਕਿਆ ਕਰਿਆ ਤੈਨੇ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਕਿੰਗਸ ਮੀਡੀਆ, ਮੈਂ ਸੰਦੇਹ ਰਣਵੀਰ। ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਜਿਵੇਂ ਜਿਵੇਂ ਨੇੜੇ ਲੱਗ ਰਹੇ ਨੇ, ਉਸੇ ਤਰ੍ਹਾਂ ਪੰਜਾਬ ਦੇ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ। ਬੀਤੇ ਦਿਨੀ ਕੇਜਰੀਵਾਲ ਆ ਕੇ ਪੰਜਾਬ ਦੇ ਵਿੱਚ ਐਲਾਨ ਕਰਦੇ ਨੇ ਕਿ ਉਹ ਪੰਜਾਬ ਵਾਸੀਆਂ ਨੂੰ ਬਿਜਲੀ ਉਹ ਫ੍ਰੀ ਪ੍ਰਦਾਨ ਕਰਨਗੇ। ਇਸੇ ਤਰ੍ਹਾਂ ਹੋਰ ਬਾਕੀ ਪਾਰਟੀਆਂ ਵੀ ਜਿਹੜੀਆਂ ਆਪਣੇ ਵਾਅਦੇ ਨੇ ਉਹ ਐਲਾਨਣੇ ਸ਼ੁਰੂ ਕਰ ਦਿੱਤੇ ਨੇ। ਤਾਂ ਇਸ ਮਸਲੇ 'ਤੇ, ਇਸ ਸਾਰੀ ਵਿਚਾਰ ਚਰਚਾ 'ਤੇ, ਪੰਜਾਬ ਦੇ ਕਰੰਟ ਇਸ਼ੂਆਂ 'ਤੇ ਚਰਚਾ ਕਰਾਂਗੇ ਜਸਲੀਨ ਪਟਿਆਲਾ ਨਾਲ, ਅਤੇ ਜਿਹੜੇ ਆਪ ਵੀ 2022 ਦੀਆਂ ਚੋਣਾਂ ਲੜਨ ਲਈ ਤਿਆਰੀ ਵਿੱਚ ਰੁੱਝੇ ਹੋਏ ਨੇ। ਜਸਲੀਨ, ਜਿਸ ਤਰ੍ਹਾਂ ਦੇ ਪੰਜਾਬ ਵਿੱਚ ਹਾਲਾਤ ਬਣ ਰਹੇ ਨੇ, 2022 ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਨੇ, ਤੁਸੀਂ ਵੀ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਹੇ ਹੋ, ਤਾਂ ਕਿਸ ਤਰ੍ਹਾਂ ਵੇਖ ਰਹੇ ਹੋ ਹੁਣ ਦੇ ਸਿਆਸੀ ਮਾਹੌਲ? ਦੇਖੋ ਜੀ, ਸਿਆਸੀ ਜਿਹੜਾ ਤੰਦੂਰ ਆ ਉਹ ਤਪ ਚੁੱਕਿਆ, ਅਤੇ ਮੰਤਰੀ ਆਪੋ ਆਪਣੀਆਂ ਰੋਟੀਆਂ ਸੇਕਣ ਲਈ ਤਿਆਰ ਬੈਠੇ ਆ, ਸੇਕਣੀਆਂ ਸ਼ੁਰੂ ਕਰਤੀਆਂ ਇਹਨਾਂ ਨੇ। ਹੁਣ ਇਹਨਾਂ ਨੂੰ 4.5 ਸਾਲ ਬਾਅਦ, ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਬਰਗਾੜੀ ਕਾਂਡ ਯਾਦ ਹੁੰਦਾ, 4.5 ਸਾਲਾਂ 'ਚ ਤਾਂ ਇਹਨਾਂ ਤੋਂ ਇਨਸਾਫ਼ ਨਹੀਂ ਹੋਇਆ। ਹੁਣ ਇਹ ਜਦੋਂ ਲਾਸਟ ਟਾਈਮ ਆ ਗਿਆ, 6 ਮਹੀਨੇ ਰਹਿ ਗਏ, ਹੁਣ ਕਹਿੰਦੇ ਜੀ ਅਸੀਂ ਕਮੇਟੀ ਬਣਾ ਦਾਂਗੇ, ਜਿਹੜੇ ਦੋਸ਼ੀ ਉਹਨਾਂ ਨੂੰ ਸਜ਼ਾ ਦੇਵਾਂਗੇ। ਹੁਣ ਤੱਕ ਤਾਂ ਤੁਹਾਡੇ ਤੋਂ ਹੋਇਆ ਨਾ, ਹੁਣ 6 ਮਹੀਨੇ 'ਚ ਕੀ ਕਰ ਲਉਂਗੇ? ਜਿਹੜੇ ਕੰਮ 4.5 ਸਾਲ 'ਚ ਨਹੀਂ ਹੋਏ, 6 ਮਹੀਨੇ 'ਚ ਕਿਵੇਂ ਹੋ ਸਕਦੇ ਨੇ? ਕੇਜਰੀਵਾਲ ਵੱਲੋਂ ਵੀ ਐਲਾਨ ਕੀਤਾ ਜਾਂਦਾ ਕੁੰਵਰ ਵਿਜੇ ਪ੍ਰਤਾਪ ਵੀ ਆਪ ਪਾਰਟੀ ਵਿੱਚ ਸ਼ਾਮਿਲ ਹੁੰਦੇ ਨੇ ਕਿ ਬਰਗਾੜੀ ਬੇਅਦਬੀ ਮਾਮਲੇ ਦਾ, ਬਰਗਾੜੀ ਗੋਲੀਕਾਂਡ ਦਾ ਮੇਨ ਸਾਫ ਦਵਾਵਾਂਗਾ। ਆਮ ਆਦਮੀ ਪਾਰਟੀ 2022 ਦੇ ਵਿੱਚ ਆਪਣੀ ਸਰਕਾਰ ਬਣਾ ਕੇ ਜਿਹੜਾ ਬਰਗਾੜੀ ਬੇਅਦਬੀ ਮਾਮਲੇ ਦੀ ਸਿੱਖਾਂ ਨੂੰ ਇਨਸਾਫ ਦਵਾਉਣਗੇ, ਕੀ ਲੱਗਦਾ? ਦੇਖੋ, ਕਹਿੰਦੇ ਤਾਂ ਹੈਗੇ ਨੇ, ਪਹਿਲਾਂ ਇਹ ਵੀ ਕਹਿੰਦੇ ਸੀ ਪੰਜਾਬ ਸਰਕਾਰ ਵੀ ਤਾਂ ਕਹਿੰਦੀ ਸੀ ਕਿ ਹਾਂ ਜੀ ਅਸੀਂ ਇਨਸਾਫ ਦਵਾਵਾਂਗੇ, ਉਹਨਾਂ ਨੂੰ ਤਾਂ ਦਵਾਇਆ ਨਹੀਂ, ਕਿਆ ਪਤਾ ਆਮ ਆਦਮੀ ਪਾਰਟੀ ਵਾਲੇ ਦਵਾ ਦੇਣ।
ਪਰ ਇਹ ਕਹਿੰਦੇ ਕਿ ਅਸੀਂ ਬਿਜਲੀ ਬਿਲਕੁਲ ਮੁਫਤ ਕਰ ਦਾਂਗੇ ਵੀ 300 ਯੂਨਿਟ ਤੁਹਾਡੇ ਲਈ ਹੈ ਨਾ ਪਰ ਅਸੀਂ ਮੁਫਤ ਬਿਜਲੀ ਦੇਖੋ ਮੁਫਤ ਬਿਜਲੀ ਤਾਂ ਕਰ ਦੋਗੇ ਮੈਂ ਇਸ ਗੱਲ ਨਾਲ ਸਹਿਮਤ ਹਾਂ ਪਰ ਜਿਹੜਾ ਬਿਜਲੀ ਬੋਰਡ ਨੂੰ ਘਾਟਾ ਪਿਆ ਹੋਇਆ ਪਹਿਲਾਂ ਉਹੀ ਪੂਰਾ ਕਰ ਦਿਓ ਪਹਿਲਾਂ ਹੀ ਪੰਜਾਬ ਸਰਕਾਰ ਕਿੰਨੇ ਕਰੋੜਾਂ ਦੇ ਘਾਟੇ ਚੱਲ ਰਹੀ ਅਰਬਾਂ ਦੇ ਚ ਉਹ ਕੌਣ ਪੂਰਾ ਕਰਾਂਗੇ ਉਹਨੂੰ ਕਿਸ ਖਾਤੇ ਪਾਉਣਾ ਇਹ ਇਸ ਗੱਲ ਦਾ ਮੈਨੂੰ ਚਾਹੀਦਾ ਅੱਜ 100 ਰੁਪਏ ਪੈਟਰੋਲ ਹੋ ਗਿਆ ਹਨਾ ਦਾਲਾਂ ਦੇ ਰੇਟ ਕਿੰਨੇ ਹੀ ਮਹਿੰਗੇ ਨੇ ਕੋਈ ਗਰੀਬ ਬੰਦਾ ਰੋਟੀ ਨਹੀਂ ਖਾ ਸਕਦਾ ਅੱਜ ਦੇ ਟਾਈਮ 'ਚ ਹਰੇਕ ਚੀਜ਼ 'ਤੇ ਟੈਕਸ ਆ ਹਰੇਕ ਚੀਜ਼ 'ਤੇ ਟੈਕਸ ਆ ਇਹਨਾਂ ਲੋਕਾਂ ਦਾ ਕਾਂਗਰਸ ਪਾਰਟੀ ਨੇ 2017 ਵਿੱਚ ਐਲਾਨ ਕੀਤਾ ਸੀ ਕਿ ਵਾਈਟ ਪੇਪਰ ਲੈ ਕੇ ਆਵਾਂਗੇ ਬਿਜਲੀ ਆ ਸਸਤੀ ਪ੍ਰਦਾਨ ਕਰਾਂਗੇ ਕੇਜਰੀਵਾਲ ਨੇ ਤਾਂ ਹੈਰਾਨੀਜਨਕ ਕਰਤਾ ਕਿ 300 ਯੂਨਿਟ ਮਾਫ ਦੇਖੋ ਇਹਨਾਂ ਨੇ ਕਿਹਾ ਸੀ ਵਾਈਟ ਪੇਪਰ ਲੈ ਕੇ ਆਵਾਂਗੇ ਵੀ ਹੈ ਨਾ ਪਰ ਉਲਟਾ ਇਹਨਾਂ ਤੋਂ ਕੁਛ ਵੀ ਨਹੀਂ ਹੋਇਆ ਹੈਗਾ ਸਵਾਹ ਨਹੀਂ ਉੱਡੀ ਪੰਜਾਬ ਸਰਕਾਰ ਤੋਂ ਅੱਜ ਦੀ ਖਬਰ ਹੈ ਅੱਜ ਦੀ ਨਿਊਜ਼ ਦੱਸਾਂ ਜੇ ਦੇਖੋ ਪਟਿਆਲੇ ਦੇ ਵਿੱਚ ਅਧਿਆਪਕ ਯੂਨੀਅਨ ਵੱਲੋਂ ਧਰਨਾ ਲੱਗਿਆ ਕੱਲ ਪੀਆਰਟੀਸੀ ਵਾਲੇ ਵੱਲੋਂ ਲੱਗਿਆ ਉਲਟਾ ਇਹਨਾਂ ਦਾ ਕੀ ਲੱਗਦਾ ਫੋਨ 'ਤੇ ਸਿਰਫ ਇਹੀ ਕਹਿਣਾ ਹੁੰਦਾ ਜੀ ਡੰਡਾ ਫੇਰ ਦਿਓ ਇਹਨਾਂ 'ਤੇ ਕਿਉਂ ਕੈਪਟਨ ਦੀ ਕਿਹੜਾ ਕੋਈ ਉੱਥੇ ਧੀ ਬੈਠੀ ਹੈ ਧਰਨੇ 'ਤੇ ਜਾਂ ਉਹਦੀ ਮਾਂ ਬੈਠੀ ਹੈ ਜਾਂ ਉਹਦੀ ਭੈਣ ਬੈਠੀ ਆ ਬੈਠੇ ਕੌਣ ਨੇ ਸਾਡੇ ਵਰਗੇ ਆਮ ਪਬਲਿਕ ਦੇ ਲੋਕ ਆਮ ਲੋਕ ਲੋਕਾਂ ਦੀਆਂ ਪਬਲਿਕ ਦੀਆਂ ਮਾਵਾਂ ਭੈਣਾਂ ਧੀਆਂ ਬੈਠੀਆਂ ਨੇ ਕੈਪਟਨ ਦਾ ਤਾਂ ਨਹੀਂ ਕੋਈ ਬੈਠਾ ਹੈਗਾ ਨਾ ਕੈਪਟਨ ਦੀ ਕੁੜੀ ਬੈਠੀ ਆ ਨਾ ਭਤੀਜੀ ਬੈਠੀ ਨਾ ਭਾਣਜੀ ਬੈਠੀ ਆ ਇਹਨਾਂ ਦਾ ਤਾਂ ਕੋਈ ਨਹੀਂ ਬੈਠਾ ਆਮ ਪਬਲਿਕ ਦੇ ਬੈਠੇ ਨੇ ਅਤੇ ਇਹਨਾਂ ਦਾ ਕੀ ਜਾਂਦਾ ਡੰਡਾ ਫੇਰਨ 'ਤੇ ਪਰਸੋਂ ਚੌਥੇ ਮੋਹਾਲੀ ਦੇ ਵਿੱਚ ਇਹਨਾਂ ਨੇ ETT ਵਾਲਿਆਂ ਨੇ ਧਰਨਾ ਲਾਇਆ ਪੁਲਿਸ ਦੇ ਮੁਲਾਜ਼ਮਾਂ ਨੇ ਕਿਵੇਂ ਕੁੜੀਆਂ ਨੂੰ ਘੜੀਸ ਘੜੀਸ ਕੇ ਬੇਦਰਦੀ ਨਾਲ ਕੁੱਟਿਆ ਇੰਨਾ ਦਿਲ ਰੋਇਆ ਨਾ ਜੀ ਉਸ ਗੱਲ 'ਤੇ ਇੰਨਾ ਕੁ ਦਿਲ ਰੋਇਆ ਵੀ ਮੈਂ ਤਾਂ ਇੰਨੀਆਂ ਕੁ ਫਿਰ ਕਹਿੰਦੇ ਨੇ ਜਸਲੀਨ ਬਦਦੁਆਵਾਂ ਦਿੰਦੀ ਆ ਇੰਨਾ ਕੁ ਮਨ ਰੋਇਆ ਇੰਨੀਆਂ ਕੁ ਗਾਲਾਂ ਕੱਢੀਆਂ ਨਾ ਮੈਂ ਇਹਨਾਂ ਨੂੰ ਮੇਰਾ ਗਰਕ ਹੋ ਜਾਏ ਇਹਨਾਂ ਦਾ ਕਲੰਕੀਆਂ ਦਾ ਪੰਜਾਬ ਸਰਕਾਰ ਜਦੋਂ 2017 ਦੇ ਵਿੱਚ ਬਣਦੀ ਹੈ ਕੈਪਟਨ ਦੀ ਸਰਕਾਰ ਆਉਂਦੀ ਹੈ ਉਹਨਾਂ ਨੇ ਐਲਾਨ ਕੀਤਾ ਸੀ ਕਿ 55 ਲੱਖ ਪਰਿਵਾਰਾਂ ਨੂੰ ਰੁਜ਼ਗਾਰ ਦੇਵਾਂਗੇ ਜਦਕਿ ਬੇਰੁਜ਼ਗਾਰੀ ਅੱਜ ਦੇ ਸਮੇਂ ਬਹੁਤ ਵੱਡੇ ਪੱਧਰ 'ਤੇ ਹੋ ਗਈ ਕਰੋਨਾ ਲੋਕਡਾਊਨ ਦੇ ਕਾਰਨ ਵੀ ਇਹ ਜਿਹੜੀ ਬੇਰੁਜ਼ਗਾਰੀ ਵਿੱਚ ਵਾਧਾ ਹੋਇਆ ਸੀ ਕੀ ਲੱਗਦਾ ਵੀ ਜਿਹੜੀ ਬੇਰੁਜ਼ਗਾਰੀ ਦਾ ਕੋਈ ਹੱਲ ਨਿਕਲ ਸਕਦਾ ਜੇਕਰ ਸਰਕਾਰ ਬਣਦੀ ਹੈ ਕੋਈ ਚੇਂਜ ਹੋਵੇ ਇਹਨਾਂ ਨੇ ਤਾਂ ਜੀ ਬਹੁਤ ਵਾਅਦੇ ਕਰੇ ਦੀ ਕਹਿੰਦੇ ਜੀ ਅਸੀਂ ਤਾਂ ਨੌਜਵਾਨਾਂ ਨੂੰ 25,000 50,000 ਨੌਜਵਾਨਾਂ ਨੂੰ ਟਰੈਕਟਰ ਟਰਾਲੀਆਂ ਵੰਡਾਂਗੇ ਹੋਰ ਸੰਦ ਮੁਹੱਈਆ ਕਰਾ ਕੇ ਦੇਵਾਂਗੇ ਖੇਤੀ ਦੇ ਨਵੇਂ ਉਹ ਲੈ ਕੇ ਆਵਾਂਗੇ ਹਨਾ ਤੁਹਾਡੇ ਲਈ ਰਾਖਵਾਕਰਨ ਹੋਊਗਾ ਪਰ ਕੋਈ ਸਵਾਹ ਨਹੀਂ ਉੱਡੀ ਹੈਗੀ ਨੌਕਰੀਆਂ ਦੇਵਾਂਗੇ ਨਸ਼ੇ ਖਤਮ ਕਰਾਂਗੇ ਹਸਪਤਾਲਾਂ ਦਾ ਆਧੁਨੀਕਰਨ ਕਰਾਵਾਂਗੇ ਹਨਾ ਸਕੂਲਾਂ ਨੂੰ ਸਮਾਰਟ ਸਕੂਲ ਬਣਾਵਾਂਗੇ ਟੀਚਰਾਂ ਦੀਆਂ ਭਰਤੀਆਂ ਕਰਾਂਗੇ ਹੋਰ ਨੌਕਰੀਆਂ ਦੇ ਨਵੇਂ ਨਵੇਂ ਰੁਜ਼ਗਾਰ ਮੇਲੇ ਲਾਵਾਂਗੇ ਪੰਜਾਬ ਦੇ ਵਿੱਚ ਨਵੀਆਂ ਨਵੀਆਂ ਤਕਨੀਕਾਂ ਆਉਣਗੀਆਂ ਕੁਛ ਵੀ ਨਹੀਂ ਆਇਆ ਸਵਾਹ ਨਹੀਂ ਉੱਡੀ ਇਹਨਾਂ ਤੋਂ ਕਿਸਾਨ ਅੰਦੋਲਨ 'ਚ ਤੁਸੀਂ ਅਕਸਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਸ਼ਾਮਿਲ ਹੋ ਵੀ ਜਾਂਦੇ ਹੋ ਤਾਂ ਬੀਤੇ ਦਿਨ ਸੁਖਬੀਰ ਬਾਦਲ ਵੱਲੋਂ ਗੋਲਡਨ ਹੱਟ 'ਤੇ ਜਾ ਕੇ ਰਾਮ ਸਿੰਘ ਰਾਣਾ ਦੇ ਹੱਕ ਵਿੱਚ ਅਪੀਲ ਕੀਤੀ ਗਈ ਹੈ ਚਲੋ ਚੰਗੀ ਗੱਲ ਹੈ ਕਿਤੇ ਨਾ ਕਿਤੇ ਰਾਮ ਸਿੰਘ ਰਾਣਾ ਦੀ ਜੋ ਜਿਸ ਤਰ੍ਹਾਂ ਦੀ ਕੰਡੀਸ਼ਨ ਸੀ ਉਹਨੂੰ ਸਰਕਾਰ ਵੱਲੋਂ ਬੈਰੀਕੇਡ ਲਾ ਕੇ ਜਿਹੜਾ ਉਹਨਾਂ ਦੇ ਹੱਟ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਸੁਖਬੀਰ ਬਾਦਲ ਅਕਾਲੀ ਦਲ ਪਾਰਟੀ ਹੋ ਕੇ ਐਂਟਰੀ ਕਰਦੀ ਹੈ ਕਿਸਾਨ ਅੰਦੋਲਨ ਵਿੱਚ ਕਿਸੇ ਤਰੀਕੇ ਨਾਲ ਉਸ ਚੀਜ਼ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ ਕਿ ਕਿਸਾਨਾਂ ਦੇ ਨਾਲ ਵੀ ਹਮਾਇਤੀ ਦੇਖੋ ਜੀ ਉਦੋਂ ਕਿੱਥੇ ਗਏ ਸੀ ਗੋਲਡਨ ਹੱਟ ਵਾਲੇ ਤਾਂ ਮੈਂ ਮੰਨ ਗਈ ਵੀ ਉਸ ਵੀਰ ਨਾਲ ਤਾਂ ਮੈਂ ਵੀ ਹਮਾਇਤ ਕਰ ਰਹੀ ਹਾਂ ਮੈਨੂੰ ਉਸ ਵੀਰ ਨਾਲ ਕੋਈ ਗੁੱਸਾ ਨਹੀਂ ਪਰ ਮੈਨੂੰ ਇਸ ਗੱਲ ਦਾ ਗੁੱਸਾ ਹੈ ਵੀ ਅੱਜ ਇਹਨਾਂ ਨੂੰ ਗੋਲਡਨ ਹੱਟ ਤਾਂ ਦਿਖ ਗਈ ਪਰ ਇਹਨਾਂ ਨੂੰ ਉਦੋਂ ਕਿਉਂ ਨਾ ਦਿਖਿਆ ਪਹਿਲੀ ਢਾਬੇ ਤੇ ਜਦੋਂ ਕਬਜ਼ਾ ਕਰਿਆ ਸੀ ਇਹਨਾਂ ਨੇ ਉਹਦੇ ਉੱਤੇ ਫਲਾਈਓਵਰ ਬਣਵਾਇਆ ਸੀ ਜਲੰਧਰ ਦੇ ਵਿੱਚ ਉਦੋਂ ਕਿਉਂ ਨਾ ਕਿਸੇ ਨੇ ਕਿਹਾ ਉਦੋਂ ਕੋਈ ਪ੍ਰੈਸ ਵਾਲਾ ਵੀ ਨਹੀਂ ਅੱਗੇ ਆਇਆ ਹੈਗਾ ਜਦੋਂ ਜੀ ਕਰਦਾ ਉਹੀ ਕੋਈ ਕੰਪਨੀ 'ਚ ਆਪਣੇ ਹਿੱਸੇ ਪਾ ਲੈਂਦੇ ਨੇ ਜਿਹਦੇ 'ਚ ਦੇਖ ਉਹਦੇ 'ਚ ਆਪਣਾ ਹਿੱਸਾ ਪਾ ਲੈਂਦੇ ਕੋਈ ਬੰਦਾ ਆਪਣੀ ਪ੍ਰਾਪਰਟੀ ਕਰਦਾ ਉਹਦੇ 'ਚ ਕਹਿੰਦੇ ਨੇ ਸਾਡਾ 20% ਰੱਖ ਦਿਓ ਜੀ ਸਾਡਾ 50% ਰੱਖ ਦਿਓ ਜੀ ਉਦੋਂ ਪਤਾ ਨਹੀਂ ਪ੍ਰੈਸ ਵਾਲੇ ਵੀ ਕਿਹੜੇ ਭਾਂਡੇ 'ਚ ਵੜ ਜਾਂਦੇ ਨੇ ਜੀ ਉਦੋਂ ਕੋਈ ਪ੍ਰੈਸ ਵਾਲਾ ਵੀ ਨਹੀਂ ਮੁੱਦਾ ਚੱਕਦਾ ਕਿਉਂ ਕਿਉਂਕਿ ਇਹਨਾਂ ਦਾ ਜ਼ੋਰ ਆ ਕਹਿੰਦੇ ਜਿਸ ਕੀ ਲਾਠੀ ਉਸੇ ਕੀ ਬੈਂਸ ਹਿੰਦੀ 'ਚ ਇੱਕ ਕਹਾਵਤ ਆ ਵੀ ਜਿਹਦੇ ਹੱਥ ਡੰਡਾ ਉਸੇ ਦੀ ਮੱਝ ਹੈ ਅੱਜ ਇਹ ਸਭ ਇੱਕ ਕਿਸਾਨ ਅੰਦੋਲਨ ਵਿੱਚ ਜਾਣ ਦੀਆਂ ਸਾਜ਼ਿਸ਼ਾਂ ਨੇ ਇੱਕ ਸਰਕਾਰ ਦੀਆਂ ਕਿਉਂਕਿ ਦੇਖੋ ਮੈਂ ਤਾਂ ਇੱਕ ਗੱਲ ਕਹਿਣੀ ਆ ਸੁਖਬੀਰ ਸਿੰਘ ਬਾਦਲ ਜੀ ਨੂੰ ਪੁੱਛਣਾ ਚਾਹੁੰਦੀ ਹਾਂ ਵੀ ਠੀਕ ਹੈ ਤੁਸੀਂ ਖੇਤੀ ਕਾਨੂੰਨਾਂ ਦੇ ਖਿਲਾਫ ਹੋ ਇਸ ਗੱਲ ਦੇ ਮੈਂ ਬਿਲਕੁਲ ਹੱਕ 'ਚ ਸਹਿਮਤ ਹਾਂ ਤੁਹਾਡੇ ਨਾਲ ਪਰ ਤੁਸੀਂ ਉਦੋਂ ਕਿੱਥੇ ਸੀ ਜਦੋਂ ਇਹਨਾਂ ਨੇ ਬਿੱਲ ਪਾਸ ਕਰੇ ਸੀ ਜਦੋਂ ਵੀ ਤਾਂ ਬਿੱਲਾਂ 'ਤੇ ਤੁਸੀਂ ਸਾਈਨ ਕੀਤੇ ਸੀ ਜੇਕਰ ਇਹ ਉਸੇ ਟਾਈਮ ਜਦੋਂ ਵਿਧਾਨ ਸਭਾ ਰਾਜ ਸਭਾ ਲੋਕ ਸਭਾ 'ਚ ਉੱਥੇ ਗੱਲ ਪਹੁੰਚੀ ਸੀ ਨਾ ਦਿੱਲੀ ਉਸ ਟਾਈਮ ਕਿਉਂ ਨਾ ਰੌਲਾ ਪਾਇਆ ਉਸ ਟਾਈਮ ਕਿਉਂ ਸਾਈਨ ਕਰਤੇ ਸੀ ਤੁਸੀਂ ਲੋਕਾਂ ਨੇ ਉਸੇ ਟਾਈਮ ਉੱਥੇ ਹੰਗਾਮਾ ਹੋ ਜਾਂਦਾ ਵੀ ਦੇਖੋ ਜੀ ਅਸੀਂ ਨਹੀਂ ਬਿੱਲਾਂ ਬੁੱਲਾਂ ਨੂੰ ਪਰਮਿਸ਼ਨ ਦੇ ਸਕਦੇ ਸਾਡੇ ਤਾਂ ਕਿਸਾਨ ਮਰ ਜਾਣਗੇ ਪੂਰਾ ਪੰਜਾਬ ਵਰਲਡ ਲੈਵਲ 'ਤੇ ਰੋਟੀ ਖਵਾਉਂਦਾ ਲੋਕਾਂ ਨੂੰ ਸੋਨੇ ਦੀ ਚਿੜੀ ਕਹਿਣ ਵਾਲੇ ਪੰਜਾਬ ਨੂੰ ਅੱਜ ਪਿੱਤਲ ਦੇ ਆਪਣੇ ਲੋਹੇ ਦੀ ਵੀ ਨਹੀਂ ਰਹੀ ਹੈਗੀ ਪੰਜਾਬ ਨੂੰ ਖਤਮ ਕਰਤਾ ਪੰਜਾਬ ਦੀ ਜਵਾਨੀ ਨੂੰ ਖਤਮ ਕਰਤਾ ਕਿੰਨੇ ਬੱਚੇ ਅੱਜ ਦਾ ਜਿਹੜੀ ਅੱਜ ਦਾ ਯੁੱਗ ਹੈ ਸਾਡੇ ਬੱਚੇ 6-6, 8-8 ਬੈਂਡ ਲੈ ਕੇ ਨਾ ਆਈਲੈਟਸ 'ਤੇ ਜਿਹੜੇ ਟੌਪ ਦੇ ਜਿਹੜਾ ਬੱਚਾ ਅੱਜ 8 ਬੈਂਡ ਲੈ ਸਕਦਾ ਨਾ ਉਹ DC ਵੀ ਲੱਗ ਸਕਦਾ ਮੈਂ ਤਾਂ ਇੱਕ ਗੱਲ ਕਹਿੰਦੀ ਹਾਂ ਜਿਹੜਾ ਬੰਦਾ ਜਿਹੜਾ ਬੱਚਾ ਅੱਜ ਦੇ ਟਾਈਮ 'ਚ ਜਿਹੜੀ ਮੇਰੀ ਭੈਣ ਜਿਹੜਾ ਮੇਰਾ ਵੀਰ 8 ਬੈਂਡ 9 ਬੈਂਡ ਲੈ ਸਕਦਾ ਨਾ ਉਹ DC ਵੀ ਬਣ ਸਕਦਾ ਉਹ SSP ਵੀ ਬਣ ਸਕਦਾ DC ਵੀ DIG ਬਣ ਸਕਦਾ ਜਾਂ ਹੋਰ ਕੋਈ ਵੱਡਾ ਅਫਸਰ ਵੀ ਲੱਗ ਸਕਦਾ ਕਿਉਂ ਉਹਨੂੰ ਲੱਗਣ ਨਹੀਂ ਦਿੱਤਾ ਜਾਂਦਾ
ਕਿਉਂ ਇਹਨਾਂ ਦੇ ਸਰ ਆਖਵੇਂ ਕਰਨ ਹੁੰਦੇ ਨੇ ਇਹਨਾਂ ਦੇ ਵਿਧਾਇਕਾਂ ਦੀਆਂ ਵਿਧਾਇਕਾਂ ਆਪਣੇ ਬੱਚਿਆਂ ਦੀਆਂ ਕਰਦੇ ਨੇ ਨਾ ਸਾਰਾ ਕੁਛ ਅਤੇ ਉਸ ਤੋਂ ਬਾਅਦ 20-50 ਲੱਖ ਰੁਪਏ 20-30 ਲੱਖ ਰੁਪਏ ਲਾ ਕੇ ਫਿਰ ਉਹ ਕੈਨੇਡਾ ਜਾਂਦਾ ਫਿਰ ਉੱਥੇ ਸਭ ਤੋਂ ਵੱਡੀ ਗੱਲ ਉਹੀ ਬੱਚਾ ਜੋ ਆਪਣੇ ਘਰ 'ਚ ਸਰਦਾਰ ਹੈ ਨਾ ਸਰਦਾਰੀ ਨਾਲ ਰਹਿੰਦਾ ਆਪਣੇ ਮਾਂ ਬਾਪ ਦੇ ਨਾਲ ਰਹਿੰਦਾ ਰੋਟੀ ਪਾਣੀ ਖਾਂਦਾ ਰੱਜ ਕੇ ਉਸ ਬੱਚੇ ਨੂੰ ਇੱਕ ਟਾਈਮ ਉੱਥੇ ਭੁੱਖਾ ਰਹਿ ਕੇ ਵੀਕਐਂਡ 'ਤੇ ਕੰਮ ਕਰਨਾ ਪੈਂਦਾ 24-24, 12-12 ਘੰਟੇ ਦੀਆਂ ਸ਼ਿਫਟਾਂ ਲਾਉਣੀਆਂ ਪੈਂਦੀਆਂ ਸੜਕਾਂ 'ਤੇ ਲੁੱਕ ਪਾਉਣੀ ਪੈਂਦੀ ਹੈ ਜੂਸ ਦੀਆਂ ਦੁਕਾਨਾਂ 'ਤੇ ਬਰਗਰ ਦੀਆਂ ਦੁਕਾਨਾਂ 'ਤੇ ਕੰਮ ਕਰਨਾ ਪੈਂਦਾ ਉਹਨਾਂ ਨੂੰ ਉੱਥੇ ਜਾ ਕੇ ਉਦੋਂ ਅਸੀਂ ਕਿੱਥੇ ਚਲੇ ਜਾਂਦੇ ਹਾਂ ਗਲਤੀਆਂ ਤਾਂ ਸਾਡੇ 'ਚ ਵੀ ਬਹੁਤ ਨੇ ਜੀ ਗਲਤੀਆਂ ਤਾਂ ਸਾਡੇ 'ਚ ਵੀ ਬਹੁਤ ਨੇ ਅਸੀਂ ਘੱਟ ਨਹੀਂ ਗਲਤੀਆਂ ਸਾਡੇ 'ਚ ਨੇ ਜੇਕਰ ਅਸੀਂ ਹੀ ਸਿਸਟਮ ਨੂੰ ਸਹੀ ਢੰਗ ਨਾਲ ਚਲਾਉਣ ਲਈ ਕਿਉਂਕਿ ਦੇਖੋ ਮੈਂ ਇੱਕ ਗੱਲ ਕਹਿੰਦੀ ਹਾਂ ਵੀ ਦੇਖੋ ਜੇ ਮੰਤਰੀ ਭ੍ਰਿਸ਼ਟਾਚਾਰ ਕਿੱਥੋਂ ਪੈਦਾ ਹੋਇਆ ਮੰਨ ਲਓ ਇੱਕ ਮੰਤਰੀ ਨੇ ਕੰਮ ਨਾ ਕਰਿਆ ਕਿਸੇ ਅਫਸਰ ਨੇ ਫਿਰ ਅਸੀਂ ਕੀ ਕਹਿੰਦੇ ਹਾਂ ਅਸੀਂ ਮਾੜੇ ਜਿਹਾ ਹੱਥ ਗਰਮ ਕਰਦੇ ਹਾਂ ਜੀ ਆਪ ਫਿਰ ਅਸੀਂ ਉਹਨੂੰ ਉਹਦਾ ਮੂੰਹ ਖੁਲਵਾ ਦਿੰਦੇ ਹਾਂ ਜਦੋਂ ਉਹਨੂੰ ਮੂੰਹ ਪੈ ਜਾਂਦਾ ਖਾਣ ਦੀ ਆਦਤ ਪੈ ਜਾਂਦੀ ਹੈ ਨਾ ਜੀ ਫਿਰ ਅਸੀਂ ਕਹਿੰਦੇ ਹਾਂ ਲੈ ਤਾਂ ਭ੍ਰਿਸ਼ਟਾਚਾਰ ਮੰਤਰੀ ਅਫਸਰ ਨੇ ਜੀ ਜੇਕਰ ਅਸੀਂ ਉਸੇ ਟਾਈਮ ਇਹਨਾਂ ਨੂੰ ਡੰਡੇ ਨਾਲ ਕੰਮ ਕਰਾਈਏ ਵੀ ਦੇਖੋ ਜੀ ਸਾਡਾ ਕੰਮ ਕਰਕੇ ਦਿਓ ਅਸੀਂ ਨਹੀਂ ਦੇ ਸਕਦੇ ਪੈਸਾ ਅਸੀਂ ਉਹ ਜ਼ਿੰਮੇਵਾਰ ਹਾਂ ਆਮ ਪਬਲਿਕ ਹੀ ਜ਼ਿੰਮੇਵਾਰ ਆ ਭ੍ਰਿਸ਼ਟਾਚਾਰ ਲਈ ਤਾਂ ਕਿਉਂਕਿ ਜੇ ਅਸੀਂ ਦਿੱਤਾ ਤਾਂ ਇਹਨਾਂ ਨੇ ਲਿਆ ਸਹੀ ਗੱਲ ਆ ਜੀ ਇੱਥੇ ਪੁਆਇੰਟ ਨੋਟ ਕਰਨ ਵਾਲੇ ਜੇ ਅਸੀਂ ਦਿੱਤਾ ਤਾਂ ਲਿਆ ਜੇ ਕੋਈ ਪਹਿਲਾਂ ਮੰਗੇ ਨਾਲ ਦੇ ਭ੍ਰਿਸ਼ਟਾਚਾਰ ਦੇ ਉਹ ਆ ਨਹੀਂ ਜਾਂਦੇ ਵਿਜੀਲੈਂਸ ਵਾਲੇ ਜੀ ਫਲਾਣਾ ਰਿਸ਼ਵਤ ਲੰਦਾ ਫੜ ਲਿਆ ਜੀ ਇਹ ਕਰ ਲਿਆ ਜੀ ਉਹ ਕਰ ਲਿਆ ਜੀ ਹੁੰਦਾ ਹੀ ਐਵੇਂ ਆ ਕੁਝ ਲੋਕ ਕਹਿ ਰਹੇ ਨੇ ਕਿ ਅੰਗਰੇਜ਼ਾਂ ਨੇ ਤਾਂ ਸਿਰਫ ਉਨਾ ਖਾਧਾ ਸੀ ਜਿੰਨਾ ਸਾਡੀ ਜੇਬ 'ਚ ਸੀ ਕਹਿੰਦਾ ਉਸ ਤੋਂ ਬਾਅਦ ਵਾਲੇ ਤਾਂ ਇੰਨਾ ਖਾ ਗਏ ਵੀ ਜਿਹੜਾ ਕੋਈ ਨਵਾਂ ਜਮਾਂ ਬਚ ਰਿਹਾ ਤਾਂ ਅੱਜ ਦੇ ਸਮੇਂ 'ਚ ਉਸ ਬੰਦੇ 'ਤੇ ਵੀ 80,000 ਰੁਪਏ ਦਾ ਖਰਚਾ ਬਿਲਕੁਲ 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 ਦੇਖੋ ਕਦੇ ਤਾਂ ਦੇਖੋ ਸਾਡੇ ਜਿਹੜੇ ਨੌਜਵਾਨ ਨੇ ਯੂਥ ਹੈ ਉਹ ਬੜੇ ਮਤਲਬ ਕਿ ਵਧੀਆ ਗੱਲਾਂ ਕਈ ਕਰਦੇ ਰਹਿੰਦੇ ਮੈਨੂੰ ਬੜਾ ਪਸੰਦ ਆਉਂਦਾ ਹੈ ਵੀ ਜਿਵੇਂ ਉਹ ਕਹਿੰਦੇ ਨੇ ਕਿ ਉਹਨਾਂ ਨੇ ਮੂਰਤੀ ਬਣਾਤੀ ਪੱਥਰ ਦੀ ਸਾਨੂੰ ਉਹਦੀ ਲੋੜ ਨਹੀਂ ਸੀ ਹੈ ਨਾ ਹਰ ਇੱਕ ਬੰਦੇ ਨੂੰ 1-1-2-2 ਲੱਖ ਰੁਪਏ ਪਤਾ ਨਹੀਂ 3 ਲੱਖ ਰੁਪਏ ਆ ਜਾਣਾ ਸੀ ਹੈ ਨਾ ਪਰ ਮੈਨੂੰ ਇਸ ਗੱਲ ਦਾ ਦੁੱਖ ਹੈ ਵੀ ਸਾਡਾ ਯੂਥ ਅੱਗੇ ਕਿਉਂ ਨਹੀਂ ਆ ਰਿਹਾ ਯੂਥ ਕਿਉਂ ਨਹੀਂ ਅੱਗੇ ਆ ਰਿਹਾ ਯੂਥ ਨੂੰ ਵੀ ਤਾਂ ਅੱਗੇ ਆਉਣਾ ਚਾਹੀਦਾ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਤਾਂ ਜੋ ਇਹਨਾਂ ਮੰਤਰੀਆਂ ਨੂੰ ਸਬਕ ਸਿਖਾਇਆ ਜਾ ਸਕੇ ਉਹ ਸਾਡੇ ਲਈ ਸਾਡੇ ਬੱਚਿਆਂ ਨੂੰ ਕਿਉਂ ਨਹੀਂ ਪੜ੍ਹਨ ਦਿੰਦੇ ਸਰਕਾਰੀ ਦੇਖੋ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਉਣ ਵਾਲਾ ਜਿਹੜਾ ਟੀਚਰ ਆ ਉਹ ਆਪਣੇ ਬੱਚੇ ਨੂੰ ਕਦੇ ਸਰਕਾਰੀ 'ਚ ਨਹੀਂ ਪੜ੍ਹਾ ਸਕਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਦੀ ਨਰਸ ਜਿਹੜੀ ਡਿਊਟੀ ਕਰਦੀ ਹੈ ਨਾ ਜਾਂ ਡਾਕਟਰ ਜਿਹੜਾ ਉੱਥੇ ਡਿਊਟੀ ਕਰਦਾ ਉਹ ਆਪਣਾ ਜਾਂ ਆਪਣੇ ਮਾਂ ਬਾਪ ਦਾ ਇਲਾਜ ਸਰਕਾਰੀ 'ਚ ਨਹੀਂ ਕਰਾ ਸਕਦਾ ਕੋਈ ਮੰਤਰੀ ਕੋਈ MLA ਆ ਨਾ ਉਹ ਆਪਣਾ ਇਲਾਜ ਸਰਕਾਰੀ 'ਚ ਨਹੀਂ ਕਰਾ ਸਕਦਾ ਬੱਚਾ ਨਹੀਂ ਪੜ੍ਹਾ ਸਕਦਾ ਕਿਸੇ MLA MP ਦਾ ਬੱਚਾ ਨਾ ਉੱਥੇ ਨਹੀਂ ਗਿਆ ਹੈਗਾ ਫੌਜ ਦੇ ਵਿੱਚ ਬਾਰਡਰ 'ਤੇ ਕਦੇ ਸੁਣੇ ਨਹੀਂ ਅੱਜ ਤੱਕ ਅਸੀਂ ਕਦੇ ਸੁਣਿਆ ਵੀ ਕਿਸੇ MLA MP ਦਾ ਮੁੰਡਾ ਮਰ ਗਿਆ ਹੋਵੇ ਹਾਲੇ ਉੱਥੇ ਆਰਮੀ 'ਚ ਗਿਆ ਪਰ ਕਦੇ ਵੀ ਨਹੀਂ ਸੁਣਿਆ ਇਹ ਤਾਂ ਸਗੋਂ ਇਹ ਕਹਿੰਦੇ ਨੇ ਕਿ ਜਿਵੇਂ ਅਸੀਂ ਕਿਹਦੇ ਨਾਲ MLA MP ਬਣੇ ਸਾਡੇ ਬੱਚੇ ਮੰਤਰੀ ਬਣਨ ਬਸ ਗਾਹਾਂ ਨਵਜੋਤ ਸਿੱਧੂ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ ਕਾਂਗਰਸ ਦੇ ਵਿੱਚ ਰਹਿ ਨਹੀਂ ਰਹੇ ਜਾਂ ਕਿ ਦਿੱਲੀ ਦੇ ਵਿੱਚ ਪ੍ਰਿਯੰਕਾ ਗਾਂਧੀ ਨਾਲ ਮੀਟਿੰਗ ਹੋਈ ਹੈ ਰਾਹੁਲ ਗਾਂਧੀ ਮੀਟਿੰਗ ਲਈ ਨਹੀਂ ਮੰਨਦੇ ਤਾਂ ਨਵਜੋਤ ਸਿੱਧੂ ਨੂੰ ਕਿਸ ਤਰ੍ਹਾਂ ਵੇਖਦੇ ਹੋ ਵੀ ਕਿਸ ਤਰ੍ਹਾਂ ਦੀ ਸਿਆਸਤ ਰਹਿਣ ਵਾਲੀ ਉਹਨਾਂ ਦੀ ਅੱਗੇ ਦੇਖੋ ਨਵਜੋਤ ਸਿੰਘ ਸਿੱਧੂ ਦਾ ਪਹਿਲਾਂ ਮੈਂ ਤਾਂ ਯਾਰ ਦੇਖੋ ਮੈਂ ਉਸ ਪਰਸਨ ਦੀ ਸਰਦਾਰ ਹੋਣ ਦੇ ਨਾਤੇ ਬੜੀ ਇੱਜ਼ਤ ਕਰਦੀ ਹਾਂ ਕਿਉਂਕਿ ਇੱਕ ਸਰਦਾਰ ਬੰਦਾ ਨਵਜੋਤ ਸਿੰਘ ਸਿੱਧੂ ਪਰ ਮੈਂ ਨਾ ਉਹਦੀ ਸਥਿਤੀ ਨੂੰ ਵਧੀਆ ਨਹੀਂ ਸਮਝਦੀ ਕਦੇ ਤਾਂ ਉਹ ਭਾਜਪਾ 'ਚ ਬੰਦਾ ਚਲੇ ਜਾਂਦਾ ਏ ਕਦੇ ਉਹ ਬੰਦਾ ਕਾਂਗਰਸ 'ਚ ਆ ਜਾਂਦਾ ਏ ਫਿਰ ਹੁਣ ਉਹ ਕਾਂਗਰਸ 'ਚੋਂ ਕਹਿੰਦੇ ਆਮ ਆਦਮੀ ਪਾਰਟੀ 'ਚ ਜੁੜ ਰਿਹਾ ਉਹਨਾਂ ਦੀ ਕਾਂਗਰਸ ਵਾਲਿਆਂ ਨਾਲ ਵੀ ਨਹੀਂ ਬਣਦੀ ਹੈਗੀ ਪਤਾ ਨਹੀਂ ਰੱਬ ਜਾਣੇ ਉਹ ਸੱਚਾ ਏ ਰੱਬ ਜਾਣੇ ਝੂਠਾ ਪਰਮਾਤਮਾ ਹੀ ਜਾਣਦਾ ਫਿਰ ਉਹ ਰਾਹੁਲ ਗਾਂਧੀ ਉਹਨੂੰ ਮਿਲ ਨਹੀਂ ਰਿਹਾ ਮੇਨਕਾ ਗਾਂਧੀ ਨੂੰ ਜਾ ਕੇ ਮਿਲਦਾ ਏ ਸਹੀ ਆ ਉੱਥੇ ਚਲੇ ਜਾਂਦਾ ਏ ਪਹਿਲਾਂ ਤਾਂ ਉਹ ਕਪਿਲ ਦੇ ਸ਼ੋਅ 'ਚ ਵਧੀਆ ਹੱਸਦਾ ਅਤੇ ਹੁਣ ਉੱਥੋਂ ਵੀ ਹਟ ਗਿਆ ਪਤਾ ਨਹੀਂ ਕਿਆ ਚੱਕਰ ਆ ਚੰਗਾ ਉਹਨੂੰ ਮੰਤਰੀ ਬਣਾਇਆ ਹੋਇਆ ਏ ਪਰ ਕੱਖ ਦਾ ਕੰਮ ਨਹੀਂ ਕਰਕੇ ਦਿੱਤਾ ਕੱਖ ਦਾ ਕੰਮ ਨਹੀਂ ਕਰਕੇ ਦਿੱਤਾ ਆਖੇ ਕਹਿੰਦੇ ਜੀ ਉਹਨੇ ਉੱਥੇ ਉਹ ਪੁਲ ਬਣਾਤਾ ਜੀ ਕਰਤਾਰਪੁਰ ਸਾਹਿਬ ਜਾਣ ਲਈ ਪਤਾ ਨਹੀਂ ਰੱਬ ਹੀ ਜਾਣੇ ਪਰਮਾਤਮਾ ਹੀ ਜਾਣੇ ਮੈਂ ਤਾਂ ਬੜਾ ਇਸ ਗੱਲ ਦੀ ਫਿਕਰ ਹੁੰਦੀ ਆ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਕੀ ਬਣੂ ਦੁਨੀਆ ਦਾ ਤੁਹਾਡੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ 2022 ਦੇ ਇਲੈਕਸ਼ਨ ਕਿ ਤੁਸੀਂ ਵੀ ਇਲੈਕਸ਼ਨ ਲੜਨਾ ਹੈ ਕਿਹਾ ਜਾ ਰਿਹਾ ਕਿ ਪਟਿਆਲੇ ਦੀ ਸੀਟ ਤੋਂ ਹੀ ਲੜਨਾ ਬਿਲਕੁਲ ਜੀ ਮੈਂ ਪਟਿਆਲਾ 2 ਤੋਂ ਇਲੈਕਸ਼ਨ ਲੜਨਾ ਚਾਹੁੰਦੀ ਹਾਂ ਪਟਿਆਲਾ 2 ਤੋਂ ਅਤੇ ਪਟਿਆਲਾ 2 ਦੇ ਵਾਸੀਆਂ ਨੂੰ ਅਪੀਲ ਕਰਦੀ ਹਾਂ ਵੀ ਦੱਬ ਕੇ ਵੋਟਾਂ ਪਾਉਣੀਆਂ ਨੇ ਵੀ ਰਹੀ ਗੱਲ ਰਣਨੀਤੀ ਦੀ ਹੈ ਨਾ ਕਿ ਜਸਲੀਨ ਮਤਲਬ ਕਿ ਕਈ ਮੈਨੂੰ ਫੋਨ ਕਰਕੇ ਸਪੈਸ਼ਲੀ ਕਹਿੰਦੇ ਨੇ ਕਿ ਜਸਲੀਨ ਦੀ ਤੁਹਾਡੇ ਕੋਲ ਕੋਈ ਰਣਨੀਤੀ ਨਹੀਂ ਹੈਗੀ ਵਧੀਆ ਮੈਂ ਕਿਹਾ ਜੀ ਕੋਈ ਨਾ ਤੁਸੀਂ ਮੈਨੂੰ MLA ਤਾਂ ਬਣਾਓ ਕੇ ਨਾ ਮੈਂ ਤਾਂ ਜਿੰਨੇ ਮੇਰੇ ਪਿੰਡ ਲੱਗਣਗੇ ਨਾ ਉਹਨਾਂ ਪਿੰਡਾਂ ਦਾ ਸਰਵੇ ਕਰਾ ਲੂੰਗੀ ਮੈਂ ਤਾਂ ਸਰਪੰਚ ਕੋਲ ਡਾਇਰੈਕਟ ਉਹਦੇ ਕਾਲਜਾ ਬਹਿ ਜਾ ਕਰੂੰਗੀ ਸਵੇਰੇ 6 ਵਜੇ ਜਾ ਕੇ ਵੀ ਤੈਨੂੰ ਕੱਲ੍ਹ ਸਾਰਾ ਦਿਨ ਦਿੱਤਾ ਤੂੰ ਕਿਆ ਕਰਿਆ ਤੈਨੇ ਤੇਰੇ ਕੋਲ ਕਿੰਨੇ ਉਹ ਨੇ ਪੰਚ ਨੇ ਸਾਰੇ ਪੰਚਾਂ ਨੂੰ ਕਹਦੇ ਆਪਣੇ ਆਪਣੇ ਵਾਰਡ ਦੇ ਕਿੰਨੇ ਬੇਰੋਜ਼ਗਾਰ ਨੌਜਵਾਨ ਨੇ ਕਿੱਥੇ ਕਿੱਥੇ ਉਹਨਾਂ ਨੂੰ ਫਿੱਟ ਕਰਿਆ ਜਾ ਸਕਦਾ ਕਿਸ ਹਿਸਾਬ ਨਾਲ ਕਰਿਆ ਜਾ ਸਕਦਾ ਕਿੰਨੇ ਲੋਕ ਆਪਣਾ ਗੁਜ਼ਾਰਾ ਕਿਵੇਂ ਮੁਸ਼ਕਿਲ ਨਾਲ ਕਰਦੇ ਨੇ ਇਹ ਸਭ ਸਿਸਟਮ ਨਾਲ ਬਣਾ ਕੇ ਚੱਲੂਗੀ ਗਰਾਊਂਡ ਲੈਵਲ ਤੋਂ ਕੰਮ ਕਰੂੰਗੀ 0 ਲੈਵਲ ਤੋਂ ਆਪ ਇਹ ਨਹੀਂ ਵੀ ਰਿਸਪੋਂਸੀਬਿਲਟੀ ਲਾਤੀ ਕਿਸੇ ਦੀ ਆਪ ਜਾ ਕੇ ਉਹਦਾ ਕਾਲਜਾ ਖਾਇਆ ਕਰੂੰਗੀ ਜਾ ਕੇ ਬੰਦੇ ਦਾ ਵੀ ਤੂੰ ਕਿਉਂ ਨਹੀਂ ਕਰਕੇ ਦਿੱਤਾ ਮੈਨੂੰ ਇਹ ਕੰਮ ਕਦ ਕਰਕੇ ਦੇਵੇਗਾ
ਤਾਂ ਇੱਕ ਪਾਰਟੀ ਦਾ ਵੀ ਵਜੂਦ ਹੁੰਦਾ, ਇੱਕ ਪਾਰਟੀ ਦੇ ਸਟਰਕਚਰ ਨਾਲ ਜਿਹੜੀ ਸਰਕਾਰ ਬਣਦੀ ਆ, 117 ਸੀਟਾਂ ਨੇ ਤਾਂ 59 MLA ਜਿਸ ਪਾਰਟੀ ਦੇ ਹੁੰਦੇ ਨੇ ਉਹਦੀ ਸਰਕਾਰ ਬਣਦੀ ਆ, ਅਤੇ ਉਸ ਹਿਸਾਬ ਨਾਲ ਓਪੋਜੀਸ਼ਨ ਦੇ ਵੀ MLA ਹੁੰਦੇ ਨੇ ਤਾਂ ਕਿਤੇ ਨਾ ਕਿਤੇ ਪਾਵਰ ਆਉਂਦੀ ਜਿਹੜੀ ਸਰਕਾਰ ਦੇ ਹੱਥਾਂ 'ਚ ਹੁੰਦੀ ਹੈ, ਤਾਂ ਕਿਸ ਤਰ੍ਹਾਂ ਮੇਨਟੇਨ ਕਰੋਗੇ ਇਕੱਲੇ ਆਜ਼ਾਦ ਲੜੇ ਹੋ ਕਿਸੇ ਪਾਰਟੀ ਦੇ ਨਾਲ ਨਹੀਂ? ਦੇਖੋ ਫਿਲਹਾਲ ਆਜ਼ਾਦ ਲੜ ਕੇ ਪਹਿਲਾਂ ਜਿੱਤ ਤਾਂ ਲੰਮਾ ਨਾ, ਪਹਿਲਾਂ ਮੇਨ ਤਾਂ ਜਿੱਤਣ ਦਾ ਕੰਮ ਆ। ਦੇਖੋ ਜੀ, ਕਹਿੰਦੇ ਕਿਤੇ ਪੈਰ ਧਰਨ ਦੀ ਜਗ੍ਹਾ ਮਿਲ ਜੇ, ਬੈਠਣ ਦੀ ਜਗ੍ਹਾ ਤਾਂ ਆਪਣੇ ਆਪ ਮਿਲ ਜਾਂਦੀ ਆ। ਮੈਂ ਤਾਂ ਇਹ ਸੋਚਦੀ ਹਾਂ ਵੀ ਜਦੋਂ ਇੱਕ ਵਾਰ ਪੈਰ ਧਰਿਆ ਗਿਆ ਨਾ, ਫਿਰ ਜਗ੍ਹਾ ਤਾਂ ਮੈਂ ਬੈਠਣ ਦੀ ਕੀ ਪੈਣ ਦੀ ਕੀ ਦੋ ਬੰਦੇ ਦੀ ਬਣਾ ਲੂੰਗੀ। ਸਹੀ ਕਹਿ ਰਹੀ ਗਲਤ ਕਹਿ ਰਹੀ ਆ? ਕਹਿੰਦੇ ਇੱਕ ਸਿਆਣਾ ਦੀ ਕਹਾਵਤ ਆ ਵੀ ਕਿਤੇ ਪੈਰ ਧਰਨ ਦੀ ਜਗ੍ਹਾ ਬਣ ਜੇ, ਉਹ ਤੋਂ ਬਾਅਦ ਅਗਲਾ ਬੈਠਣ ਦੀ, ਖੜਨ ਦੀ ਤੇ ਪੈਣ ਦੀ ਜਗ੍ਹਾ ਤਾਂ ਆਪਣੇ ਆਪ ਬਣਾ ਲੈਂਦਾ ਹੁੰਦਾ। ਬਸ ਇੱਕ ਮੈਂ ਇੱਕ ਵਾਰ ਮੈਨੂੰ ਉਹਦੇ ਵਿੱਚ ਰਾਜਨੀਤੀ 'ਚ ਜਾਣ ਦੋ ਤਾਂ ਸਹੀ, ਪੈਰ ਤਾਂ ਧਰਨ ਦੋ, ਉਹਦੇ ਵਿੱਚ ਮੈਂ ਜਾਣਾ ਮੇਰਾ ਕੰਮ ਜਾਣੇ। ਅਗਰ ਕਰੋਨਾ ਦੀ ਕਹੀ ਜਾ ਰਹੀ ਹੈ ਅਕਤੂਬਰ ਦੇ ਵਿੱਚ ਤੀਸਰੀ ਲਹਿਰ ਆ ਸਕਦੀ ਆ, ਜਿਹੜੇ ਮਾਹਿਰ ਨੇ ਉਹ ਕਿਆਸ ਲਾ ਰਹੇ ਨੇ ਕਿ ਆ ਸਕਦੀ ਹੈ, ਜੇਕਰ ਕਰੋਨਾ ਦੀ ਲਹਿਰ ਆਉਂਦੀ ਹੈ ਤਾਂ ਕਿਸ ਤਰ੍ਹਾਂ ਪ੍ਰਭਾਵ ਮੰਨਦੇ ਹੋ ਜਿਹੜਾ ਸਿਸਟਮ ਹੁਣ ਦੁਬਾਰਾ ਫਿਰ? ਨਹੀਂ ਨਹੀਂ, ਦੇਖੋ ਮੈਂ ਤਾਂ, ਮੈਨੂੰ ਤਾਂ ਇਸ ਗੱਲ ਦੇ ਬੜਾ ਹਾਸਾ ਆਉਂਦਾ, ਬੜਾ ਸੋਚਦੀ ਹਾਂ, ਬੜਾ ਦੁੱਖ ਲੱਗਦਾ ਏ, ਸਮਝ ਨਹੀਂ ਆਉਂਦੀ ਵੀ ਅਜੀਬੋ ਗਰੀਬ ਜਿਹੇ ਹਾਲਾਤ ਕਿਹੋ ਜਿਹੇ ਬਣ ਗਏ ਨਾ। ਪਹਿਲੀ ਲਹਿਰ ਆਈ ਕਹਿੰਦੇ ਜੀ ਨੌਜਵਾਨਾਂ 'ਤੇ ਆਈ, ਨਹੀਂ ਬਜ਼ੁਰਗਾਂ 'ਤੇ ਆਈ, ਪਹਿਲੀ ਲਹਿਰ ਆਈ ਬਜ਼ੁਰਗਾਂ 'ਤੇ, ਫਿਰ ਦੂਜੀ ਲਹਿਰ ਆਉਂਦੀ ਹੈ ਨੌਜਵਾਨਾਂ 'ਤੇ, ਤੀਜੀ ਬੱਚਿਆਂ 'ਤੇ। ਵੀ ਇੱਕ ਲਹਿਰ ਨੂੰ ਕਿਵੇਂ ਪਤਾ ਹੋ ਸਕਦਾ ਵੀ ਪਹਿਲੀ ਲਹਿਰ 'ਚ ਮੈਂ ਬਜ਼ੁਰਗਾਂ ਨੂੰ ਦੱਪਣਾ ਜਾ ਕੇ, ਦੂਜੀ 'ਚ ਮੈਂ ਨੌਜਵਾਨਾਂ ਨੂੰ ਫੜਨਾ, ਤੀਜੀ 'ਚ ਮੈਂ ਬੱਚਿਆਂ ਕੋਲ ਜਾਣਾ, ਕਿਵੇਂ ਪਤਾ ਹੋ ਸਕਦਾ ਕੋਵਿਡ ਨੂੰ? ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ। ਇਹ ਤਾਂ ਸਰਾਸਰ ਤੁਹਾਨੂੰ ਬੇਵਕੂ ਬਣਾਇਆ ਜਾ ਰਿਹਾ ਕੋਵਿਡ ਦੇ ਨਾਂ 'ਤੇ। ਕੋਈ ਵੈਕਸੀਨੇਸ਼ਨ ਨਹੀਂ, ਕੋਈ ਕੋਵਿਡ ਨਹੀਂ ਹੈਗਾ। ਜੇ ਕਿਸੇ ਨੂੰ ਖੰਘ ਜ਼ੁਕਾਮ ਬੁਖਾਰ ਆ ਤਾਂ ਸਹੀ ਸਰ ਇਲਾਜ ਕਰਾਓ, ਟ੍ਰੀਟਮੈਂਟ ਕਰਾਓ, ਬਸ ਇਹ ਬੈਸਟ ਤਰੀਕਾ ਹੈ। ਲੱਖਾਂ ਰੁਪਏ ਦੇ, ਕਰੋੜਾਂ ਰੁਪਈਆਂ ਦੇ ਲੋਕਾਂ ਨੇ ਵੈਕਸੀਨੇਸ਼ਨ ਲਗਾ ਲਈ, ਕੈਂਪ ਲੱਗੇ ਹੋਏ ਨੇ ਡੇਲੀ, ਕੁਛ ਨਹੀਂ ਬਣਿਆ। ਸਵਾਹ ਨਹੀਂ ਉੱਡੀ ਸਰਕਾਰ ਤੋਂ, ਨਾਕਾਮ ਸਰਕਾਰ ਇਸ ਸਾਰੇ ਵਾਅਦਿਆਂ 'ਤੇ। ਕੈਪਟਨ ਸਰਕਾਰ ਦੇ 4.5 ਸਾਲ ਪੂਰੇ ਹੋ ਗਏ ਨੇ, ਤਕਰੀਬਨ 5 ਤੋਂ 6 ਮਹੀਨੇ ਦਾ ਸਮਾਂ ਬਾਕੀ ਆ, ਅਤੇ ਕਿਤੇ ਨਾ ਕਿਤੇ ਉਮੀਦਾਂ 'ਤੇ ਖਰੀ ਨਹੀਂ ਉਤਰਦੀ। ਲੋਕ ਬਹੁਤ ਜ਼ਿਆਦਾ ਨਾਰਾਜ਼ ਨੇ, ਚੰਡੀਗੜ੍ਹ ਦੇ ਵਿੱਚ ਵੀ ਨਿੱਤ ਧਰਨੇ ਲੱਗ ਰਹੇ ਨੇ, ਸਿਸਵਾ ਫਾਰਮ ਡੇਲੀ ਜਾ ਕੇ ਘੇਰਦੇ ਨੇ, ਇਸੇ ਤਰ੍ਹਾਂ ਮੋਤੀ ਮਹਿਲ ਦੇ ਬਾਹਰ ਵੀ ਡੇਲੀ ਧਰਨੇ ਲੱਗ ਰਹੇ, ਇੱਥੋਂ ਤੱਕ ਕਿ ਮਹਿਲਾਵਾਂ ਦਾ ਜਿਹੜਾ ਕਿਰਾਇਆ ਮਾਫ਼ ਕੀਤਾ ਸੀ, ਕੱਲ੍ਹ ਸਰਕਾਰੀ ਰੋਡਵੇਜ਼ ਦੇ ਮੁਲਾਜ਼ਮਾਂ ਨੇ ਵੀ ਧਰਨਾ ਲਗਾਇਆ। ਕੀ ਲੱਗਦਾ ਵੀ 6 ਮਹੀਨੇ ਦੇ ਵਿੱਚ ਕਿਤੇ ਨਾ ਕਿਤੇ ਕੋਈ ਸੁਧਾਰ ਕਰ ਸਕਦੀ ਹੈ, ਕੋਈ ਕਹਿੰਦੇ ਸਟੰਟ ਖੇਡ ਸਕਦੀ ਹੈ? ਦੇਖੋ ਦੇਖੋ ਦੇਖੋ, ਮੈਂ ਤੁਹਾਨੂੰ ਇੱਕ ਗਾਣਾ ਸੁਣਾ ਦਿੰਦੀ ਹਾਂ, ਇਹ ਗਾਣੇ 'ਚ ਨਾ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਕਹਿੰਦੇ ਰਾਜੇ ਨੂੰ ਵੋਟ ਨਾ ਪਾਉਂਗੀ ਮੇਰਾ ਦਿਲ ਘਬਰਾਵੇ, ਰਾਜੇ ਨੂੰ ਵੋਟ ਨਾ ਪਾਉਂਗੀ ਮੇਰਾ ਦਿਲ ਘਬਰਾਵੇ, 6-6 ਮਹੀਨੇ ਤਨਖਾਹ ਨਾ ਇਹ ਦੇਵੇ, 6-6 ਮਹੀਨੇ ਤਨਖਾਹ ਨਾ ਇਹ ਦੇਵੇ, TADA ਦਾ ਇਹ ਨਾਮ ਵੀ ਨਾ ਲੇਵੇ, TADA ਦਾ ਇਹ ਨਾਮ ਵੀ ਨਾ ਲੇਵੇ, ਹੁਣ ਨਾ ਡੰਡੇ ਇਹਨਾਂ ਦੇ ਖਾਊਂਗੀ ਮੇਰਾ ਦਿਲ ਘਬਰਾਵੇ, ਰਾਜੇ ਨੂੰ ਵੋਟ ਨਾ ਪਾਉਂਗੀ ਮੇਰਾ ਦਿਲ ਘਬਰਾਵੇ। ਦੇਖੋ ਜੀ, ਤੁਹਾਡੇ ਸਾਹਮਣੇ ਦੇਤਾ ਮੈਂ ਜਵਾਬ ਵੀ ਕੀ ਸਵਾਲ ਦਾ ਤੁਹਾਡੇ ਦਾ ਜਵਾਬ ਬਣਦਾ ਹੈ, ਤੇ ਹੁਣ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕ? ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਦੇਖੋ, ਮੈਂ ਤੁਹਾਡੇ ਹਮੇਸ਼ਾ ਹੱਕ ਸੱਚ ਲਈ ਖੜੀ ਹਾਂ। ਇਹ ਨਹੀਂ ਕਿ ਮੈਨੂੰ MLA ਬਣਨ ਦੀ ਭੁੱਖ ਆ, ਮੈਂ ਨਹੀਂ ਵੀ ਜਿੱਤੂੰਗੀ ਤਾਂ ਵੀ ਕੋਈ ਟੈਨਸ਼ਨ ਨਹੀਂ ਗੀ, ਪਰ ਮੈਂ ਜੀਣ ਇਹਨਾਂ ਨੂੰ ਫੇਰ ਨਹੀਂ ਦੇਣਾ ਮੰਤਰੀਆਂ ਨੂੰ। ਮੇਰਾ ਤਾਂ ਕੰਮ ਹੈ ਵੀ ਕੋਈ ਨਾ ਕੋਈ ਇਹਨਾਂ ਦੇ ਖਿਲਾਫ ਅੱਗ ਲਾ ਕੇ ਰੱਖਣੀ, ਹੱਕ ਸੱਚ ਲਈ ਲੜਨਾ, ਬਸ ਬਸ ਮੇਰਾ ਤਾਂ ਇਹੀ ਕੰਮ ਹੈ ਜੀ। ਕਹਿੰਦੇ ਕੱਚ ਤੇ ਸੱਚ ਹਮੇਸ਼ਾ ਚੁਭਦਾ, ਬਸ ਮੈਂ ਤਾਂ ਚੁਭਦਾ ਹੀ ਰਹਿਣਾ ਇਹਨਾਂ ਦੇ, ਮੇਰਾ ਤਾਂ ਕੰਮ ਹੀ ਇਹ ਹੈ ਜੀ ਬਸ। ਉਹ ਸਨ ਜਸਲੀਨ ਪਟਿਆਲਾ, ਜਿਨ੍ਹਾਂ ਨੇ ਪੰਜਾਬ ਦੇ ਕਰੰਟ ਇਸ਼ੂਆਂ 'ਤੇ ਚਰਚਾ ਕੀਤੀ, ਨਵਜੋਤ ਸਿੱਧੂ ਤੋਂ ਲੈ ਕੇ ਕੇਜਰੀਵਾਲ ਤੱਕ ਤਮਾਮ ਮੁੱਦਿਆਂ 'ਤੇ ਗੱਲ ਹੋਈ ਕਿ ਪੰਜਾਬ ਦੀ ਸਿਆਸਤ ਕਿਸ ਵੱਲ ਨੂੰ ਜਾ ਰਹੀ ਆ, ਜਿਹੜੇ ਵਾਅਦੇ ਨੇ ਉਹ ਲਾਰਿਆਂ ਦੇ ਵਿੱਚ ਤਬਦੀਲ ਹੁੰਦੇ ਨੇ ਅਕਸਰ, 75 ਸਾਲਾਂ ਤੋਂ ਆਪਾਂ ਵੇਖਦੇ ਆਏ ਹਾਂ, ਤਾਂ ਵੇਖਦੇ ਹਾਂ 2022 ਦੀਆਂ ਇਲੈਕਸ਼ਨਾਂ ਕਿਸ ਤਰ੍ਹਾਂ ਰਹਿੰਦੀਆਂ ਨੇ, ਸਰਗਰਮੀਆਂ ਕਿਸ ਤਰ੍ਹਾਂ ਰਹਿੰਦੀਆਂ ਨੇ। ਹੋਰ ਅਪਡੇਟ ਲਈ ਤੁਸੀਂ ਵੇਖਦੇ ਰਹੋ ਕਿੰਗਸ ਮੀਡੀਆ ਪੰਜਾਬੀ।